ਅੱਜ ਦੇ ਇਸ ਵੀਡੀਓ ਦੇ ਵਿੱਚ ਮੈਂ ਪ੍ਰੈਜੈਂਟੇਸ਼ਨ ਆਫ ਮੈਥਸ ਪੇਪਰ ਦੀ ਗੱਲ ਕਰਨ ਜਾ ਰਹੀ ਆ ਫੁੱਲ ਮਾਰਕਸ ਅਚੀਵ ਕਰਨ ਵਾਸਤੇ ਕੁਝ ਗੱਲਾਂ ਦਾ ਖਿਆਲ ਰੱਖਣਾ ਹੁੰਦਾ ਮੈਥ ਦੇ ਪੇਪਰ ਦੇ ਵਿੱਚ ਪੇਪਰ ਨੂੰ ਪ੍ਰੈਜੈਂਟ ਕਿਹੜੇ ਤਰੀਕੇ ਨਾਲ ਕਰਨਾ ਆ ਜ਼ਰੂਰੀ ਨਹੀਂ ਹੁੰਦਾ ਕਿ ਜੇਕਰ ਸਾਨੂੰ ਸਾਰੇ ਸਮ ਆਉਂਦੇ ਆ ਔਰ ਉਹਨਾਂ ਦੇ ਆਨਸਰਸ ਵੀ ਸਹੀ ਆ ਤੇ ਸਾਨੂੰ ਫੁੱਲ ਮਾਰਕਸ ਮਿਲਣਗੇ ਮੈਥਮੈਟਿਕਸ ਦਾ ਪੇਪਰ ਅਜਿਹਾ ਪੇਪਰ ਆ ਜਿਹਦੇ ਵਿੱਚ ਕਾਫੀ ਬੱਚੇ ਡਰਦੇ ਆ ਕਿਉਂਕਿ ਇਹਦੇ ਵਿੱਚ ਗਲਤੀ ਦੇ ਚਾਂਸਸ ਕਾਫੀ ਹੁੰਦੇ ਆ ਕਈ ਬੱਚਿਆਂ ਨੂੰ ਇਹ ਪੇਪਰ ਪ੍ਰੈਜੈਂਟ ਕਰਨਾ ਵੀ ਨਹੀਂ ਆਂਦਾ ਸੋ ਕੁਝ ਇਹਨੇ ਨਿੱਕੇ ਨਿੱਕੇ ਗੱਲਾਂ ਦਾ ਜ਼ਿਕਰ ਕਰਨ ਜਾ ਰਹੀਆਂ ਇਸ ਵੀਡੀਓ ਦੇ ਵਿੱਚ ਮੈਥ ਸਬਜੈਕਟ ਕਿਦਾਂ ਦਾ ਸਬਜੈਕਟਿਵ ਦੀਦੇ ਵਿੱਚ ਅਸੀਂ ਫੁੱਲ ਮਾਰਕਸ ਅਚੀਵ ਕਰ ਸਕਦੇ ਆਂ ਕੁਝ ਛੋਟੇ ਛੋਟੇ ਗੱਲਾਂ ਦਾ ਖਿਆਲ ਰੱਖਣਾ ਆ ਕਈ ਵਾਰ ਅਜਿਹਾ ਹੁੰਦਾ ਆ ਕਿ ਸਾਡੀ ਪ੍ਰੈਕਟਿਸ ਵੀ ਕਾਫੀ ਹੋਈ ਹੁੰਦੀ ਆ ਔਰ ਸਾਰੇ ਦੇ ਸਾਰੇ ਕਨਸੈਪਟ ਵੀ ਕਲੀਅਰ ਹੁੰਦੇ ਆ ਬੱਚਿਆਂ ਨੂੰ ਪ੍ਰੋਪਰ ਅੰਡਰਸਟੈਂਡਿੰਗ ਹੁੰਦੀ ਆ ਉਹਨਾਂ ਦੀ ਔਰ ਉਹ ਕਾਫੀ ਕੌਨਫੀਡੈਂਟ ਹੁੰਦੇ ਆ ਬਟ ਕਈ ਵਾਰ ਜਿਹਾ ਹੁੰਦਾ ਕਿ ਸਾਰਾ ਪੇਪਰ ਕਰਨ ਦੇ باوجود ਵੀ ਉਹਨਾਂ ਦੇ ਜਿਹੜੇ ਨੰਬਰ ਆ ਕਾਫੀ ਘੱਟ ਆਂਦੇ ਆ 90 ਤੱਕ ਵੀ ਚੱਲ ਜਾਂਦੇ ਆ 80 ਤੱਕ ਵੀ ਜਾ ਸਕਦੇ ਆ ਕਿਉਂਕਿ ਗਲਤੀਆਂ ਦੀ ਗੁੰਜਾਇਸ਼ ਜ਼ਿਆਦਾ ਰਹਿ ਜਾਂਦੀ ਆ ਸੋ ਪੇਪਰ ਦੀ ਪ੍ਰੈਜੈਂਟੇਸ਼ਨ ਬਾਰੇ ਅੱਜ ਮੈਂ ਗੱਲ ਕਰਨ ਜਾ ਰਹੀ ਆ ਕਿ ਤੁਸੀਂ ਕਿਹੜੇ ਤਰੀਕੇ ਨਾਲ ਸਟਾਰਟ ਕਰਨਾ ਆ ਕਿਹੜੇ ਤਰੀਕੇ ਨਾਲ ਉਹਦਾ ਐਂਡ ਕਰਨਾ ਆ ਔਰ ਵਿੱਚ ਕਿਹੜੇ-ਕਿਹੜੇ ਗੱਲਾਂ ਦਾ ਧਿਆਨ ਰੱਖਾਂ ਸੋ ਸਭ ਤੋਂ ਪਹਿਲਾਂ ਮੈਂ ਦੇ ਪੇਪਰ ਦੇ ਵਿੱਚ ਅਸੀਂ ਲੈਫਟ ਔਰ ਰਾਈਟ ਦੋਵਾਂ ਸਾਈਡਾਂ ਦੇ ਉੱਪਰ ਹਾਸ਼ਿਆ ਮਾਰਨੇ ਹੁੰਦੇ ਆ ਇੱਕ ਸਾਈਡ ਦੇ ਉੱਪਰ ਅਸੀਂ ਆਨਸਰਸ ਲਿਖਣੇ ਹੁੰਦੇ ਆ ਔਰ ਜਿਹੜੀ ਰਾਈਟ ਸਾਈਡ ਆ ਉਧਰ ਅਸੀਂ ਰਫ ਵਰਕ ਕਰਨਾ ਹੁੰਦਾ ਕਿਉਂਕਿ ਮੈਥ ਦੇ ਪੇਪਰ ਵਿੱਚ ਅਸੀਂ ਕੈਲਕੂਲੇਸ਼ਨ ਕਰਨੀ ਹੁੰਦੀ ਆ ਸੋ ਰਫ ਕੰਮ ਕਰਨ ਵਾਸਤੇ ਸਾਨੂੰ ਸਪੇਸ ਚਾਹੀਦੀ ਆ ਇਸ ਕਰਕੇ ਦੋਵਾਂ ਹੀ ਸਾਈਡਾਂ ਦੇ ਉੱਪਰ ਅਸੀਂ ਹਾਸ਼ੀਆਸ ਲਗਾਵਾਂਗੇ ਉਸ ਤੋਂ ਬਾਅਦ ਜਿਹੜਾ ਸਟੈਪ ਹੈ ਇਸ ਸ਼ੀਟ ਦੇ ਵਿੱਚ ਅਸੀਂ ਇਹ ਦੇਖ ਰਹੇ ਹਾਂ ਕਿ ਜਿਹੜੀ ਉਹਨੇ ਮਾਰਕਿੰਗ ਕੀਤੀ ਹੋਈ ਬੱਚੇ ਨੇ ਉਹ ਜ਼ਰੂਰੀ ਨਹੀਂ ਕਿ ਤੁਸੀਂ ਲੈਫਟ ਸਾਈਡ ਤੋਂ ਬਾਹਰ ਵਾਲੇ ਹਾਸ਼ੀਏ ਤੇ ਬਾਹਰ ਵਾਲੇ ਸਾਈਡ ਕਰਨੇ ਆ ਤੁਸੀਂ ਜਿੱਥੇ ਤੁਸੀਂ ਸਾਮ ਸੋਲਵ ਕਰਦੇ ਹੋ ਉਸ ਏਰੀਆ ਦੇ ਵਿੱਚ ਵੀ ਲਗਾ ਸਕਦੇ ਹੋ ਕਿਉਂਕਿ ਕਈ ਵਾਰ ਜਿਹੜੀ ਤੁਹਾਡੀ ਸ਼ੀਟ ਆ ਫੋਲਡ ਹੋ ਜਾਂਦੀ ਆ ਔਰ ਜਿਹੜੀ ਮਾਰਕਿੰਗ ਹੈਗੀ ਆਂਸਰਸ ਦੀ ਉਹ ਨਹੀਂ ਲੱਭਦੀ ਤੇ ਨੰਬਰ ਕੱਟੇ ਜਾਂਦੇ ਆ ਠੀਕ ਹੈ ਉਸ ਤੋਂ ਬਾਅਦ ਤੁਸੀਂ ਹੁਣ ਇਸ ਸ਼ੀਟ ਦੇ ਵਿੱਚ ਦੇਖੋ ਕਿ ਜਿਹੜੀ ਸੈਕਸ਼ਨ A ਏ ਉਹਨਾਂ ਨੇ ਬੱਚਿਆਂ ਨੇ ਸਟਾਰਟ ਕੀਤਾ ਆਨਸਰ ਨੰਬਰ 1 2 ਔਰ 3 4 ਇਹ ਵੀ ਉਹਨਾਂ ਨੇ ਉਸ ਏਰੀਆ ਦੇ ਵਿੱਚ ਲਿਖਿਆ ਹੋਇਆ ਹੈ ਸੋ ਇਹ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਹਾਸ਼ੀਏ ਤੋਂ ਬਾਹਰ ਵਾਲੀ ਸਾਈਡ ਤੇ ਹੀ ਆਪਣਾ ਜਿਹੜਾ ਮਾਰਕਿੰਗ ਹੈਗੀ ਆ ਅਨਸਰਸ ਦੀ ਉਹ ਕਰਨੀ ਹੈਗੀ ਆ ਦੂਸਰੀ ਗੱਲ ਬੱਚੇ ਇਹ ਹੈਗੀ ਆ ਕਿ ਜ਼ਰੂਰੀ ਨਹੀਂ ਤੁਸੀਂ ਪਹਿਲਾਂ ਸੈਕਸ਼ਨ A ਹੀ ਸਟਾਰਟ ਕਰਨਾ ਆ ਸੈਕਸ਼ਨ D ਵੀ ਸਟਾਰਟ ਕਰ ਸਕਦੇ ਹੋ ਕਿਉਂਕਿ ਮੈਂ ਵੀ ਤੁਹਾਨੂੰ ਇਹੋ ਸਲਾਹ ਦਵਾਂਗੀ ਕਿ ਜਿਹੜੇ 6 ਮਾਰਕਸ ਔਰ 4 ਮਾਰਕਸ ਦੇ ਕੁਐਸਚਨ ਹੁੰਦੇ ਆ ਠੀਕ ਹੈ ਉਹਨਾਂ ਨੂੰ ਤੁਸੀਂ ਪਹਿਲਾਂ ਸਟਾਰਟ ਕਰਿਆ ਕਰੋ ਕਿਉਂਕਿ ਉਹਨਾਂ ਕਾਫੀ ਟਾਈਮ ਜਿਹੜਾ ਹੁੰਦਾ MCQ ਸੈਕਸ਼ਨ A ਦੇ ਵਿੱਚ ਸਾਡਾ ਸਪੈਂਡ ਹੋ ਜਾਂਦਾ ਆ ਜਿਸ ਦੇ ਕਰਕੇ ਕਾਫੀ ਟਾਈਮ ਸਾਡਾ ਕੰਜ਼ੂਮ ਕੰਜ਼ੂਮ ਹੁੰਦਾ ਰਿਹਾ ਸੋ ਸਭ ਤੋਂ ਪਹਿਲਾਂ ਸੈਕਸ਼ਨ ਡੀ ਫਿਰ ਸੈਕਸ਼ਨ ਸੀ ਔਰ ਫਿਰ ਸੈਕਸ਼ਨ ਬੀ ਔਰ ਸੈਕਸ਼ਨ ਏ ਸਟਾਰਟ ਕਰੋ ਉਸ ਤੋਂ ਬਾਅਦ ਸਾਨੂੰ ਜਦੋਂ ਅਸੀਂ ਇਸ ਤਰੀਕੇ ਨਾਲ ਸੈਕਸ਼ਨਸ ਸਟਾਰਟ ਕਰਦੇ ਆ ਤੇ ਜਿਹੜੇ ਕਾਫੀ ਵਿੱਚ ਫਾਰਮੂਲੇ ਹੁੰਦੇ ਆ ਜਿਹੜੇ ਸਾਨੂੰ ਕਲੀਅਰ ਹੁੰਦੇ ਰਹਿੰਦੇ ਆ ਔਰ ਸੈਕਸ਼ਨ ਏ ਨੂੰ ਸੋਲਵ ਕਰਨ ਵਿੱਚ ਕਾਫੀ ਹੈਲਪ ਜਿਹੜੀ ਉਹ ਸਾਨੂੰ ਮਿਲ ਜਾਂਦੀ ਆ ਸਾਡੀ ਪ੍ਰੈਕਟਿਸ ਹੋ ਜਾਂਦੀ ਆ ਉਸ ਤੋਂ ਬਾਅਦ ਐਸ ਬੱਚੇ ਨੇ ਦੇਖੋ ਸੈਕਸ਼ਨ ਡੀ ਦੇ ਵਿੱਚ ਜੇਕਰ ਤੁਹਾਨੂੰ ਚੁਆਇਸ ਆਈ ਹੋਈ ਐ ਸਾਮਸਤੇ ਵਿੱਚ ਤੇ ਤੁਸੀਂ ਇਹ ਵੀ ਦੱਸਣਾ ਕਿ ਤੁਸੀਂ ਕਿਹੜੀ ਚੁਆਇਸ ਲਈ ਐ ਚੁਆਇਸ ਫਰਸਟ ਲਈ ਐ ਚੁਆਇਸ ਸੈਕੰਡ ਲਈ ਐ ਇਸ ਬੱਚੇ ਨੇ ਕਿੰਨੀ ਸਮਝਦਾਰੀ ਦੇ ਨਾਲ ਦੱਸਿਆ ਹੋਇਆ ਕਿ ਉਹਨੇ ਚੁਆਇਸ ਫਰਸਟ ਲਈ ਹੋਈ ਐ ਸੋ ਇਹ ਗੱਲਾਂ ਹੁੰਦੀਆਂ ਨਿੱਕੀਆਂ ਨਿੱਕੀਆਂ ਜਿਹੜੀਆਂ ਇੰਪ੍ਰੈਸ ਕਰਦੀਆਂ ਵਾਂ ਐਗਜ਼ਾਮੀਨਰ ਨੂੰ ਕਿ ਬੱਚੇ ਨੇ ਕਾਫੀ ਬ੍ਰਿੱਕੀ ਨਾਲ ਸਮ ਕੀਤੇ ਹੋਇਆ ਉਸ ਤੋਂ ਬਾਅਦ ਜਿਹੜਾ ਥਰਡ ਸਟੈਪ ਹੈਗਾ ਕਿ ਤੁਹਾਡਾ ਜਿਹੜਾ ਪੇਪਰ ਉਹ ਸਾਫ਼ ਸੁਥਰਾ ਹੋਣਾ ਚਾਹੀਦਾ ਆ ਜੇ ਜਿਹੜੇ ਮਿਸਟੇਕਸ ਤੁਸੀਂ ਕਰਦੇ ਹੋ ਕਟਿੰਗ ਕਰਦੇ ਹੋ ਉਹਦੇ ਚਾਂਸਸ ਜਿਹੜੇ ਉਹ ਘੱਟ ਰੱਖੋ ਪੇਪਰ ਸਾਫ਼ ਹੋਊਗਾ ਤੇ ਉਹ ਉਹਦਾ ਜਿਹੜਾ ਇਮਪ੍ਰੈਸ਼ਨ ਆ ਉਹ ਵੀ ਕਾਫੀ ਵਧੀਆ ਹੋਊਗਾ ਕਾਫੀ ਬੱਚੇ ਜਦੋਂ ਮਿਸਟੇਕਸ ਕਰਦੇ ਆ ਤੇ ਡਬਲ ਵਾਰ ਉਹਨੂੰ ਘੱਟ ਕਰੀ ਜਾਂਦੇ ਆ ਕਰੀ ਜਾਂਦੇ ਆ ਜੇਕਰ ਤੁਹਾਡੇ ਕੋਲ ਮਿਸਟੇਕ ਹੋ ਗਈ ਆ ਸਿਰਫ ਇੱਕ ਹਲਕੀ ਜੀ ਲਾਈਨ ਉਹਦੇ ਉੱਪਰ ਲਗਾ ਦਿਆ ਕਰੋ ਉਹਨੂੰ ਵਾਰ-ਵਾਰ ਵਾਰ-ਵਾਰ ਉਹਦੇ ਉੱਪਰ ਡਬਲ ਡਬਲ ਕਟਿੰਗ ਨਾ ਕਰਿਆ ਕਰੋ ਇਹਦੇ ਨਾਲ ਇਮਪ੍ਰੈਸ਼ਨ ਬਹੁਤ ਮਾੜਾ ਪੈਂਦਾ ਆ ਉਸ ਤੋਂ ਬਾਅਦ ਬੱਚੇ ਜਿਹੜਾ ਤੁਹਾਡਾ ਆਨਸਰ ਆਂਦਾ ਆ ਨਾ ਉਹਨੂੰ ਹਮੇਸ਼ਾ ਬਾਕਸ ਦੇ ਵਿੱਚ ਲਿਖਿਆ ਕਰੋ ਜਾਂ ਅੰਡਰਲਾਈਨ ਕਰਿਆ ਕਰੋ ਠੀਕ ਹੈ ਇਹ ਬਹੁਤ ਜ਼ਰੂਰੀ ਗੱਲ ਆ ਤਾਂ ਕਿ ਜਿਹੜਾ ਐਗਜ਼ਾਮੀਨਰ ਚੈੱਕ ਕਰਨ ਵਾਲਾ ਹੈਗਾ ਆ ਉਹਦੇ ਉੱਪਰ ਇਮਪ੍ਰੈਸ਼ਨ ਵਧੀਆ ਪਵੇ ਔਰ ਉਹਨੂੰ ਪਤਾ ਲੱਗ ਜਾਏ ਕਿ ਇਹ ਬੱਚੇ ਦਾ ਆਨਸਰ ਆ ਉਹਨੇ ਹਾਈਲਾਈਟ ਕੀਤਾ ਹੋਇਆ ਆ ਜੇਕਰ ਜਿਹੜੇ ਨਿੱਕੇ ਆਨਸਰ ਆ ਉਹਨਾਂ ਨਿੱਕੇ-ਨਿੱਕੇ ਬਾਕਸ ਦੇ ਵਿੱਚ ਲਿਖ ਦਿਓ ਦੋ ਆਨਸਰ ਆ ਉਹਨਾਂ ਨੂੰ ਵੀ ਦੋਹਾਂ ਆਨਸਰਸ ਨੂੰ ਬਾਕਸ ਦੇ ਵਿੱਚ ਲਿਖੋ ਔਰ ਥੱਲੇ ਇੱਕ ਲਾਈਨ ਲਿਖ ਦਿਆ ਕਰੋ ਕਿ ਰਿਕੁਆਇਰਡ ਵੈਲਿਊ ਆਫ Y ਇਹ ਸਾਡੀਆਂ ਆ ਚੁੱਕੀਆਂ ਨੇ ਇਸ ਤਰੀਕੇ ਨਾਲ ਇੱਕ ਉਸਾਬ ਨਾਲ ਪਤਾ ਲੱਗ ਜਾਂਦਾ ਹੈ ਕਿ ਕੁਸ਼ਣ ਵੀ ਜਿਹੜਾ ਉਹ ਫਿਨਿਸ਼ ਹੋ ਚੁੱਕਾ ਹੈ ਔਰ ਕੁਸ਼ਣ ਫਿਨਿਸ਼ ਕਰਨ ਤੋਂ ਬਾਅਦ ਜਿਹੜਾ ਆਨਸਰ ਤੁਹਾਡਾ ਫਿਨਿਸ਼ ਹੁੰਦਾ ਵਾ ਇੱਕ ਲਾਈਨ ਜ਼ਰੂਰ ਮਾਰ ਦਿਆ ਕਰੋ ਕਈ ਵਾਰ ਸੈਂਟੀਮੀਟਰ ਔਰ ਮੀਟਰ ਦੇ ਵਿੱਚ ਵੀ ਸਾਨੂੰ ਯੂਨਿਟਸ ਦਿੱਤੇ ਹੁੰਦੇ ਆ ਸੋ ਕਾਫੀ ਬੱਚੇ ਉਹਨੂੰ ਨਹੀਂ ਰਾਈਟ ਕਰਕੇ ਹੁੰਦੇ ਉਹ ਵੀ ਰਾਈਟ ਕਰਨੇ ਬੜੇ ਜ਼ਰੂਰੀ ਹੁੰਦੇ ਆ ਜੇਕਰ ਏਰੀਆ ਫਾਈਂਡ ਕਰਨਾ ਵਾ ਤੇ ਅਸੀਂ ਸੈਂਟੀਮੀਟਰ ਦੇ ਉੱਪਰ ਸਕੁਅਰ ਜ਼ਰੂਰ ਲਗਾਵਾਂਗੇ ਜੇਕਰ ਵੋਲੀਅਮ ਫਾਈਂਡ ਕਰਨਾ ਤੇ ਸੈਂਟੀਮੀਟਰ ਜਾਂ ਮੀਟਰ ਦੇ ਉੱਪਰ ਕਯੂਬ ਜੇਕਰ ਤੁਹਾਨੂੰ ਸੈਂਟੀਮੀਟਰ ਔਰ ਮੀਟਰ ਨਹੀਂ ਦਿੱਤੇ ਹੈਗੇ ਤੇ ਤੁਸੀਂ ਉਸ ਦੇ ਨਾਲ ਯੂਨਿਟਸ ਜ਼ਰੂਰ ਲਗਾ ਕੇ ਆਓ ਕਿਉਂਕਿ ਇਸ ਦੇ ਨਾਲ ਜਿਹੜਾ ਸਾਮਿਆ ਉਹ ਅਧੂਰਾ ਨਹੀਂ ਰਹਿ ਜਾਂਦਾਗਾ ਉਹ ਲੱਗਦਾ ਹੈ ਕਿ ਹਾਂ ਪੂਰਾ ਹੋ ਚੁੱਕਾ ਆ ਔਰ ਤੁਸੀਂ ਦੇਖ ਹੀ ਰਹੇ ਹੋ ਕਿ ਕਯੂ ਆਰ ਦੀ ਵੈਲਿਊ ਇਸ ਇਕਵਲ 20 ਆਈ ਆ ਲੇਕ ਮੀਟਰ ਸੈਂਟੀਮੀਟਰ ਤੁਹਾਨੂੰ ਨਹੀਂ ਦਿੰਦਾ ਤੇ ਇਹ ਬੱਚੇ ਨੇ ਯੂਨਿਟਸ ਜ਼ਰੂਰ ਲਗਾਏ ਹੋਏ ਆ ਇੱਕ ਗੱਲ ਮੈਥ ਦੇ ਪੇਪਰ ਵਿੱਚ ਕਾਫੀ ਬੱਚੇ ਮਾਈਨਸ ਦੀ ਮਿਸਟੇਕਸ ਜ਼ਰੂਰ ਕਰਦੇ ਆ ਬੱਚੇ ਇਹ ਮਿਸਟੇਕਸ ਜਿਹੜੀ ਆ ਇਹਦਾ ਇੱਕੋ ਹੀ ਹੱਲ ਹੈਗਾ ਕਿ ਦੁਬਾਰਾ ਤੋਂ ਦੁਬਾਰਾ ਸਭ ਜਿਹੜੇ ਆ ਉਹ ਚੈੱਕ ਕਰੋ ਕਿ ਕੋਈ ਮਾਈਨਸ ਜਾਂ ਪਲੱਸ ਦੀ ਮਿਸਟੇਕ ਤਾਂ ਨਹੀਂ ਹੋਗੀ ਨਾਲ ਦੀ ਨਾਲ ਹੀ ਸਟੈਪ ਵਾਈਜ਼ ਸਟੈਪ ਜਿਹੜਾ ਵਾ ਉਹ ਨਾਲ ਦੀ ਨਾਲ ਚੈੱਕ ਕਰੀ ਜਾਇਆ ਕਰੋ ਇਸ ਤੋਂ ਬਾਅਦ ਜੇਕਰ ਤੁਹਾਨੂੰ ਪਾਈ ਦੀ ਵੈਲਿਊ ਦਿੱਤੀ ਹੋਈ ਆ 22/7 ਦਿੱਤੀ ਹੋਈ ਆ ਠੀਕ ਹੈ ਕਈ ਵਾਰ 3.14 ਵੀ ਦੇ ਦਿੰਦੇ ਆ ਸੋ ਜਿਹੜੀ ਵੀ ਤੁਹਾਨੂੰ ਵੈਲਿਊ ਦਿੱਤੀ ਹੋਈ ਹੈ ਨਾ ਉਹਨੂੰ ਮੈਂਸ਼ਨ ਜ਼ਰੂਰ ਕਰਕੇ ਆਇਆ ਕਰੋ ਕਿ ਸਾਨੂੰ ਵੈਲਿਊ ਕਿਹੜੀ ਗਿਵਨ ਦਿੱਤੀ ਹੋਈ ਆ ਜੇਕਰ ਤੁਹਾਨੂੰ ਕੋਈ ਵੀ ਵੈਲਿਊ ਨਹੀਂ ਗਿਵਨ ਦਿੱਤੀ ਤੇ ਤੁਸੀਂ ਆਪਣੇ ਜਿਹੜੀ ਜੋ ਵੀ ਵੈਲਿਊ ਤੁਸੀਂ ਯੂਜ਼ ਕਰਨੀ ਆ 22/7 ਜਾਂ 3.14 ਉਹਨੂੰ ਜ਼ਰੂਰ ਲਿਖ ਕੇ ਆਓ ਫਿਰ ਗ੍ਰਾਫ ਦੇ ਵਿੱਚ ਬੱਚਿਓ ਤੁਸੀਂ ਪੈਨਸਲ ਯੂਜ਼ ਕਰਨੀ ਹੁੰਦੀ ਆ ਠੀਕ ਹੈ ਤੇ Y ਐਕਸਿਸ ਔਰ X ਐਕਸਿਸ ਜਿਹੜਾ ਉਹ ਲਿਖ ਕੇ ਆਣਾ ਹੁੰਦਾ ਆ ਸਕੇਲਸ ਲਿਖ ਕੇ ਆਣੇ ਹੁੰਦੇ ਆ ਔਰ ਜਿਹੜਾ ਗ੍ਰਾਫ ਆ ਉਹਦੀ ਇਨਫੋਰਮੇਸ਼ਨ ਕੀ ਆ X ਐਕਸਿਸ ਕੀ ਸ਼ੋ ਕਰ ਰਿਹਾ Y ਐਕਸਿਸ ਕੀ ਸ਼ੋ ਕਰ ਰਿਹਾ ਉਹ ਜ਼ਰੂਰ ਲਿਖ ਕੇ ਆਣਾ ਹੁੰਦਾ ਆ ਉਸ ਤੋਂ ਬਾਅਦ ਡਾਇਗਰਾਮ ਜੇਕਰ ਤੁਹਾਨੂੰ 기ਵਨ ਆ ਤਾਂ ਵੀ ਬਣਾ ਕੇ ਆਓ ਜੇਕਰ ਤੁਹਾਨੂੰ ਡਾਇਗਰਾਮਸ ਨਹੀਂ 기ਵਨ ਤੇ ਇਫ ਜੇਕਰ ਪੋਸੀਬਲ ਹੈਗਾ ਤੇ ਪਲੀਜ਼ ਡਾਇਗਰਾਮ ਜ਼ਰੂਰ ਲਾਗੇ ਬਣਾ ਕੇ ਆਓ ਭਾਵੇਂ ਛੋਟੀ ਤੋਂ ਛੋਟੀ ਡਾਇਗਰਾਮ ਬਣਾਓ ਤੇ ਜਦੋਂ ਤੁਸੀਂ ਫਾਰਮੂਲੇ ਲਿਖਦੇ ਹੋ ਜਿੱਦਾਂ ਟੋਟਲ ਸਰਫੇਸ ਏਰੀਆ ਆਫ ਕਯੂਬ ਲਿਖਿਆ ਹੋਇਆ ਆ ਉਹਦੇ ਵਿੱਚ ਕਿਹੜਾ ਐਡ ਕੀਤਾ ਕਿਹੜਾ ਮਾਈਨਸ ਕੀਤਾ ਵਾ ਉਹ ਨੂੰ ਜ਼ਰੂਰ ਲਿਖ ਕੇ ਆਓ ਇਸ ਬੱਚੇ ਨੇ ਐਕਟੀਵਿਟੀ ਵਿੱਚੋਂ 80 ਮਾਰਕਸ ਜਿਹੜੇ ਉਹ ਲਏ ਆ ਅਚੀਵ ਕੀਤੇ ਆ देखो ਇਹਨਾਂ ਦੇ ਆਨਸਰਸ ਆ ਚੁੱਕੇ ਆ ਔਰ ਜੇਕਰ ਚਾਹੋ ਤੁਸੀਂ ਤੇਨ ਇਨ ਬਾਕਸ ਵਿੱਚ ਜ਼ਰੂਰ ਲਿਖ ਕੇ ਆਓ ਠੀਕ ਹੈ ਉਸ ਤੋਂ ਬਾਅਦ ਬੱਚੇ ਇਹਨੇ ਸੈਕਸ਼ਨ B ਤੋਂ ਸਟਾਰਟ ਕੀਤਾ ਹੋਇਆ ਹੈ ਵਧੀਆ ਗੱਲ ਆ ਕਿਹੜਾ ਫਾਰਮੂਲਾ ਯੂਜ਼ ਕੀਤਾ ਆ ਡਿਸਕ੍ਰਿਮੀਨੈਂਟ ਯੂਜ਼ ਕੀਤਾ ਆ ਉਸ ਤੋਂ ਬਾਅਦ ਸਮ ਦੀ ਵੈਲਿਊ ਜਿਹੜੀ ਹੈਗੀ ਉਹ ਕੱਢ ਕੇ ਉਹਦੀ ਵੈਰੀਫਿਕੇਸ਼ਨ ਵੀ ਕੀਤੀ ਹੋਈ ਆ ਜੋ ਕਿ ਬਹੁਤ ਹੀ ਵਧੀਆ ਗੱਲ ਹੈ ਇਸ ਵੈਰੀਫਿਕੇਸ਼ਨ ਨਾਲ ਅਪਰੂਵ ਹੋ ਜਾਂਦਾ ਹੈ ਕਿ ਜਿਹੜਾ ਆਨਸਰ ਆ ਉਹ ਬਿਲਕੁਲ ਸਹੀ ਆਇਆ ਹੁਣ ਦੇਖੋ ਡਿਸਟੈਂਸ ਵਾਲੇ ਫਾਰਮੂਲੇ ਦੇ ਵਿੱਚ ਡਿਸਟੈਂਸ ਡਾਇਗਰਾਮ ਬਣਾਈ ਆ ਔਰ ਜਿਹੜਾ 8 ਆਨਸਰ ਆਇਆ ਹੈਗਾ ਅੰਡਰ ਰੂਟ ਦੇ ਵਿੱਚ ਔਰ ਇਹਦੇ ਪ੍ਰਾਈਮ ਫੈਕਟਰ ਬਣਾ ਕੇ ਸਾਈਡ ਦੇ ਉੱਪਰ ਉਹਨੂੰ ਸ਼ੋਅ ਕੀਤਾ ਹੋਇਆ ਸੋ ਐਂਡ ਤੇ ਉਹਨਾਂ ਨੇ ਆਨਸਰ ਵੀ ਦੱਸਿਆ ਹੈ ਡਿਸਟੈਂਸ ਬਿਟਵੀਨ ਦਾ ਪੁਆਇੰਟ ਉਹ ਦੁਬਾਰਾ ਰਿਪੀਟ ਕੀਤਾ ਬਹੁਤ ਵਧੀਆ ਗੱਲ ਹੈ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਸਮਾ ਉਹ ਸੋਲਵ ਕੀਤਾ ਹੋਇਆ ਆ ਠੀਕ ਹੈ ਬਾਏ ਐਲੀਮੀਨੇਸ਼ਨ ਮੈਥਡ ਉਹ ਵੀ ਬ੍ਰੈਕਟ ਦੇ ਵਿੱਚ ਤੁਸੀਂ ਲਿਖ ਸਕਦੇ ਹੋ ਵੈਰੀਫਿਕੇਸ਼ਨ ਕੀਤੀ ਹੋਈ ਐਕਸ ਔਰ ਵਾਈ ਦੀ ਜਿਹੜੀ ਆ ਉਸ ਤੋਂ ਬਾਅਦ ਉਹਨਾਂ ਨੇ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਐਕਸ ਔਰ ਵਾਈ ਦੀ ਵੈਲਿਊ ਦੁਬਾਰਾ ਫਿਰ ਮੈਂਸ਼ਨ ਕੀਤੀ ਹੋਈ ਆ ਪ੍ਰੋਬੈਬਿਲਟੀ ਦੇ ਸਵਾਲ ਦੇ ਵਿੱਚ ਕਾਫੀ ਬੱਚੇ ਕੁਝ ਮਿਸ ਕਰ ਆਉਂਦੇ ਆ ਇਹਨਾਂ ਨੇ ਨੰਬਰ ਆਫ ਰੈਡ ਬੋਲਸ ਨੰਬਰ ਆਫ ਬਲੈਕ ਬੋਲਸ ਪ੍ਰੋਬੈਬਿਲਟੀ ਸਭ ਕੁਝ ਸ਼ੋ ਕੀਤਾ ਹੋਇਆ ਸਾਈਨ a ਦੀ ਵੈਲਿਊ 기ਵਨ ਸੀਗੀ ਔਰ ਬ੍ਰੈਕਟ ਦੇ ਵਿੱਚ ਫਿਰ ਇੱਕ ਵਾਰੀ ਸ਼ੋਅ ਕਰ ਦਿੱਤਾ ਕਿ ਸਾਈਨ ਜਿਹੜਾ ਆ ਉਹ ਪੀ ਓਵਰ ਐਚ ਦੀ ਇਕੁਅਲ ਹੁੰਦਾ ਹੈ ਬਹੁਤ ਵਧੀਆ ਗੱਲ ਆ ਫਿਰ ਪਾਈਥਾਗੋਰਸ ਥੀਰਮ ਲਾ ਕੇ ਉਹਨਾਂ ਨੇ ਸਮ ਕੱਢਿਆ ਹੋਇਆ ਵਾ ਔਰ ਐਂਡ ਤੇ ਫਿਰ ਇੱਕ ਵਧੀਆ ਗੱਲ ਆ ਕਿ ਉਹਨਾਂ ਨੇ ਵੈਲਿਊ ਜਿਹੜੀ ਕੋਸ ਐ ਦੀ ਉਹ ਦੱਸੀ ਹੋਈ ਆ ਇਸ ਦੇ ਵਿੱਚ ਤੁਸੀਂ ਪੀਟੀਓ ਇਟ ਮੀਨਸ ਕਿ ਪਲੀਜ਼ ਟਰਨ ਓਵਰ ਵੀ ਲਿਖ ਸਕਦੇ ਹੋ ਇਹ ਵੀ ਬਹੁਤ ਵਧੀਆ ਗੱਲ ਆ ਜੇਕਰ ਤੁਸੀਂ ਲਿਖਿਆਓ ਇਹ ਵੀ ਇਮਪ੍ਰੈਸ਼ਨ ਵਧੀਆ ਪਾਏਗੀ ਔਰ ਜਿਹੜਾ ਰਫ ਵਰਕ ਵਾਲਾ ਕੰਮ ਹੁੰਦਾ ਨਾ ਉਹਦੇ ਉੱਤੇ ਤੁਸੀਂ ਰਫ ਵਰਕ ਵੀ ਮੈਂਸ਼ਨ ਕਰ ਸਕਦੇ ਹੋ ਠੀਕ ਹੈ। ਉਹ ਕਾਫੀ ਗੱਲਾਂ ਹੁੰਦੀਆਂ ਜਿਹੜੀਆਂ ਤੁਸੀਂ ਆਪਣੇ ਕੋਲ ਆ ਕਰੀਟ ਕਰਨੀਆਂ ਹੁੰਦੀਆਂ ਆ ਮੈਂ ਸੇ ਤੁਹਾਨੂੰ ਟਿਪਸ ਦੇ ਸਕਦੀ ਆ। ਇਸ ਬੱਚੇ ਨੇ ਨਾਲ ਦੇ ਨਾਲ ਡਾਇਗਰਾਮ ਵੀ ਬਣਾਏ ਹੋਏ ਬੇਸ਼ੱਕ 기ਵਨ ਨਹੀਂ ਸੀ ਪੇਪਰ ਦੇ ਵਿੱਚ ਬਟ ਉਹਨਾਂ ਨੇ ਡਾਇਗਰਾਮ ਬਣਾਏ ਹੋਏ ਆ। ਬਹੁਤ ਹੀ ਵਧੀਆ ਗੱਲ ਹੈ ਤੁਹਾਨੂੰ ਮੈਂ ਪਹਿਲਾਂ ਵੀ ਇੰਨੀ ਗੱਲ ਕਹੀ ਆ ਕਿ ਜੇਕਰ 기ਵਨ ਆ ਤਾਂ ਵੀ ਬਣਾਓ ਜੇਕਰ ਨਹੀਂ ਦਿਵੇਂ ਤਾਂ ਵੀ ਵੇਰੀਫਿਕੇਸ਼ਨ ਸਾਰੇ ਸਾਮਸ ਦੀ ਕੀਤੀ ਹੋਈ ਆ ਜਿੰਨਾ ਤੱਕ ਪੋਸੀਬਲ ਹੈਗਾ ਹੈ ਠੀਕ ਹੈ ਫਿਰ ਸੈਕਸ਼ਨ ਸੀ స్టార్ਟ ਕੀਤਾ ਆ ਉਹ 4 ਮਾਰਕਸ ਦਾ ਉਹ ਵੀ ਨਾਲ ਮੈਂਸ਼ਨ ਕੀਤੇ ਹੋਏ ਆ ਸਾਮ ਨੰਬਰ ਮੈਂਸ਼ਨ ਕੀਤੇ ਹੋਏ ਫਾਰਮੂਲੇਸ ਮੈਂਸ਼ਨ ਕੀਤੇ ਹੋਏ ਆ ਆਨਸਰ ਨੂੰ ਬ੍ਰੈਕਟ ਦੇ ਵਿੱਚ ਲਿਖਿਆ ਹੋਇਆ ਆ ਵੈਰੀਫਿਕੇਸ਼ਨ ਕੀਤੀ ਹੋਈ ਆ ਫਿਰ ਆਨਸਰ ਨੂੰ ਬ੍ਰੈਕਟ ਦੇ ਵਿੱਚ ਲਿਖਿਆ ਹੋਇਆ ਕੰਸਟਰਕਸ਼ਨ ਉਹਦੇ ਸਟੈਪਸ ਲਿਖੇ ਹੋਏ ਆ ਵੱਧ ਤੋਂ ਵੱਧ ਜਿੰਨੇ ਸਟੈਪਸ ਤੁਸੀਂ ਬਣਾ ਸਕਦੇ ਹੋ ਬਣਾਓ ਕੰਸਟਰਕਕਸ਼ਨ ਦੇ ਜਦੋਂ ਕੰਸਟਰਕਸ਼ਨ ਕਰਨੀ ਆ ਤੇ ਇਕੱਲਾ ਇਕੱਲਾ ਪੁਆਇੰਟ ਜਿਹੜਾ ਉਹ ਵੀ ਤੁਹਾਡਾ ਮੈਂਸ਼ਨ ਹੋਣਾ ਚਾਹੀਦਾ ਨਾਲ ਉਰਦੂ ਦਾ ਨਾਮ ਲਿਖੀ ਹੋਣੀ ਚਾਹੀਦੀ ਆ ਨੈਕਸਟ ਸਾਮ ਦੇ ਵਿੱਚ 기ਵਨ ਕੀ ਆ ਉਹ ਲਿਖ ਕੇ ਡਾਇਗ੍ਰਾਮ ਨਾਲ ਸ਼ੋਅ ਕਰਕੇ ਡਾਇਗ੍ਰਾਮ ਪੈਨਸਲ ਦੇ ਨਾਲ ਹੀ ਬਣਾਇਆ ਕਰੋ ਇਹ ਵੀ ਜ਼ਰੂਰੀ ਹੁੰਦਾ ਆ ਫਿਰ ਨਾਲ ਦੇ ਨਾਲ ਜੇਕਰ ਟੈਨ 60 ਉਹ ਟੈਨ 30 ਜਿਹਦੀ ਵੀ ਤੁਸੀਂ ਵੈਲੀ ਲਈਓ ਨਾਲ ਦੇ ਨਾਲ ਮੈਂਸ਼ਨ ਜ਼ਰੂਰ ਕਰਿਆ ਕਰੋ ਸਭ ਕੁਝ ਨਾਲ ਦੇ ਨਾਲ ਮੈਂਸ਼ਨ ਹੈਗਾ ਆ ਐਂਡ ਤੇ ਫਿਰ ਜਿਹੜਾ ਆਨਸਰ ਆ ਉਹ ਅੰਡਰਲਾਈਨ ਕੀਤਾ ਗਿਆ ਵਾ ਫਿਰ ਜਿਹੜੇ ਮੈਚਿੰਗ ਹੁੰਦੇ ਉਹ ਸਾਹਮਣੇ ਦੇ ਸਾਹਮਣੇ ਲਿਖ ਕੇ ਆਇਆ ਕਰੋ ਲਾਈਨਾਂ ਮਾਰ ਕੇ ਮੈਚ ਨਾ ਕਰਿਆ ਕਰੋ ਉਸ ਤੋਂ ਬਾਅਦ ਝੁਰਮ ਆ ਗਿਆ ਠੀਕ ਹੈ ਪਾਰਟੀ 6 ਮਾਰਕਸ ਦੇ ਵਿੱਚ ਬੱਚੇ ਨੇ गिवन ਟੂ ਪ੍ਰੂਵ ਕੰਸਟਰਕਸ਼ਨ ਪ੍ਰੂਫ ਸਾਰੇ ਦੇ ਸਾਰੇ ਸਟੈਪ ਲਿਖੇ ਹੋਏ ਆ ਫਾਰਮੂਲਾ ਕਿਦਾਂ ਲੱਗਿਆ ਹੋਇਆ ਕਿਉਂ ਲੱਗਿਆ ਹੋਇਆ ਉਹ ਸਾਈਡ ਦੇ ਉੱਪਰ ਉਹਨਾਂ ਨੇ ਰੀਜ਼ਨ ਦੱਸਿਆ ਹੋਇਆ ਸੋ ਪੇਪਰ ਵੀ ਪੂਰਾ ਸਾਫ਼ ਸੀਗਾ ਪੂਰਾ ਕਲੀਅਰ ਸੀਗਾ ਕੋਈ ਕਟਿੰਗ ਦੀ ਗੁੰਜਾਇਸ਼ ਹੀ ਨਹੀਂ ਛੱਡੀ ਇਸ ਬੱਚੇ ਨੇ ਠੀਕ ਹੈ ਸੋ ਬਹੁਤ ਵਧੀਆ ਗੱਲ ਆ ਇੰਨਾ ਸਵਾਲ ਆnde ਵਿੱਚ ਉਹਨਾਂ ਨੇ ਡਬਲ ਸਾਈਡਾਂ ਦੇ ਹਾਸ਼ੀਏ ਮਾਰ ਕੇ ਜਿਹੜੀ ਚੀਜ਼ ਮੈਂਸ਼ਨ ਕਰਨ ਵਾਲੀ ਆ ਉਹਨੂੰ ਅੰਡਰਲਾਈਨ ਕੀਤਾ ਹੋਇਆ ਆ ਐਫ ਸੀ ਐਫ ਐਲ ਐਚ ਦੀ ਕੱਲੀ-ਕੱਲੀ ਵੈਲਿਊ ਦੱਸੀ ਹੋਈ ਮੀਡੀਅਨ ਦਾ ਫਾਰਮੂਲਾ ਦੱਸਿਆ ਹੋਇਆ ਐਂਡ ਤੇ ਜਾ ਕੇ ਸੈਕਸ਼ਨ ਈ ਐਮ ਸੀ ਕਿਊ ਸੋਲਵ ਕੀਤਾ ਬਹੁਤ ਹੀ ਸਮਝਦਾਰੀ ਵਾਲੀ ਗੱਲ ਆ ਇਹ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਜਿਹੜੇ ਵੀ ਤੁਹਾਡੇ ਆਨਸਰ ਆਏ ਉਹਨੂੰ ਰਫ ਵਰਕ ਦੇ ਵਿੱਚ ਕਰਕੇ ਤੇ ਐਮ ਸੀ ਕਿਊ ਦੇ ਸਿਰਫ ਆਨਸਰ ਲਿਖਨੇ ਹੁੰਦੇ ਆ ਕਿ ਇਹਨਾਂ ਦੇ ਕਿਹੜੇ ਪਾਰਟਸ ਜਿਹੜੇ ਉਹ ਸਹੀ ਆ ਟਰੂ ਫਾਲਸ ਔਰ ਫਿਲਿਪਸ ਨੇ ਅਨਸਰ ਕਰ ਲਏ ਦੱਸੇ ਹੋਏ ਆ ਨੈਕਸਟ ਪੇਪਰ ਜਿਹੜਾ ਹੈਗਾ 1 ਮਾਰਕਸ ਮੈਂ ਕਟਿਆ ਹੋਇਆ ਇਹ ਕਿਉਂ ਕਟਿਆ ਹੋਇਆ ਬੱਚੇ ਦੇਖੋ ਇਸ ਬੱਚੇ ਦੇ ਸਾਰੇ ਦੇ ਸਾਰੇ ਕੁਐਸਚਨ ਸਹੀ ਸੀਗੇ ਅਨਸਰ ਵੀ ਸਾਰੇ ਸਹੀ ਆ ਸਿਰਫ ਦੋ ਤਿੰਨ ਮਿਸਟੇਕਸ ਸੀ ਗਿਆ ਜਿਨ੍ਹਾਂ ਨੇ ਪੇਪਰ ਨੂੰ ਥੋੜਾ ਕੱਟ ਕਰ ਦਿੱਤਾ ਇਹਨਾਂ ਨੇ ਅਨਸਰਸ ਨਹੀਂ ਸੀ ਕਈ ਵਾਰ ਲਿਖੇ ਹੋਏ ਔਰ ਕਈ ਵਾਰ ਇਹ ਵੀ ਨਹੀਂ ਸੀ ਦੱਸਿਆ ਕਿ ਉਹ ਮਲਟੀਪਲਾਈ ਕਿਹਦੇ ਨਾਲ ਕਰ ਰਹੀ ਹੈ ਔਰ ਇੱਕ ਦੋ ਮਿਸਟੇਕਸ ਇਹ ਆ ਕਿ ਜਦੋਂ ਪਾਈਥਾਗੋਰਸ ਥੀਰਮਾ ਯੂਜ਼ ਕਰਦੇ ਆ ਤੇ ਇਸ ਨਾਲ ਹੁਣ ਵਾਕਿ ਜਿਹੜਾ ਐਂਗਲ ਆ ਉਹ ਕਿਹੜਾ ਆ ਔਰ ਕਿਉਂ ਆ ਔਰ ਕਿੰਨੇ ਡਿਗਰੀ ਦਾ ਔਰ ਕਿਹੜਾ ਐਂਗਲ ਜਿਹੜਾ 90 ਡਿਗਰੀ ਦਾ ਇਹਦੇ ਵਿੱਚ ਉਹਨਾਂ ਨੇ ਜਦੋਂ ਅਸੀਂ ਬੀਪੀਟੀ ਥੀਅਰਮ ਦੀ ਗੱਲ ਕਰਦੇ ਆ ਜਾਂ ਪਾਈਥਾਗੋਰਸ ਥੀਅਰਮ ਦੀ ਗੱਲ ਕਰਦੇ ਉਹ ਵੀ ਲਾਗੇ ਮੈਂਸ਼ਨ ਕਰਨੀ ਦੀ ਹੈ ਬਾਕੀ ਪੇਪਰ ਦੇ ਵਿੱਚ ਕੋਈ ਕਮੀ ਨਹੀਂ ਸੀ ਕਟਿੰਗ ਵੀ ਨਹੀਂ ਸੀ ਬਹੁਤ ਵਧੀਆ ਤਰੀਕੇ ਨਾਲ ਪੇਪਰ ਅਟੈਂਪਟ ਕੀਤਾ ਸੀਗਾ ਇਸ ਕਰਕੇ ਮੈਂ ਤੁਹਾਨੂੰ ਕਹਿਣੀ ਆ ਕਿ ਜਿਹੜੀਆਂ ਦੋ ਤਿੰਨ ਵੀ ਤੁਹਾਡੀਆਂ ਮਿਸਟੇਕਸ ਵਿੱਚ ਰਹਿ ਜਾਂਦੀਆਂ ਨਾ ਉਹ ਵੀ ਇਮਪ੍ਰੈਸ਼ਨ ਮਾੜਾ ਛੱਡਦੀਆਂ ਸੋ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਤੇ ਹੋਏ ਐਗਜ਼ਾਮੀਨਰ ਨੂੰ ਇੰਪ੍ਰੈਸ ਕਰੋ ਤੇ ਫੁੱਲ ਮਾਰਕਸ ਅਚੀਵ ਕਰੋ ਥੈਂਕਸ ਫਾਰ ਵਾਚਿੰਗ